ਇਹ ਬੜੀ ਬਿਹਤਰੀਨ ਜੀ ਸ਼ਾਮ ਹੈ, ਪਿਪਲੇ ਨੇ ਥੱਲੇ ਇਹ ਚੈੱਕ ਕਰੋ ਨਾ, ਕਿਸੇ ਚੈੱਕ ਕਰੋ ਜੀ ਭਾਈ, ਯਾਰ ਲੱਕੜਾਂ ਕਿ ਨਹੀਂ ਆਏ ਬੱਲੇ, ਕਿਤਨੀਆਂ ਕਿੰਨੀਆਂ ਮੋਟੀਆਂ ਕੰਧਾਂ ਹਨ। ਔਰ ਇਹ ਤਕਰੀਬਨ 650 ਸਾਲ ਜਿਹੜਾ ਪੁਰਾਣੀ ਮਸਜਿਦ ਹੈ। ਤੁਸੀਂ ਇਸ ਟਾਈਮ ਪਠਵਾੜੀ ਰੌਣਕ ਬੱਕਰਾ ਆਂਦੇ ਆ ਜੀ, ਅੱਜ ਇਹ ਮਾਸਟਰਾਂ ਦੀ ਪਾਰਟੀ ਹੈ। ਅੱਛਾ, ਮਾਸਟਰ ਆਸਨ ਇਹ ਕਦੋਂ ਕੰਮ ਸਿੱਖਿਆ ਤੁਸੀਂ? ਇਹ ਬਸ ਸ਼ੌਕ, ਕੱਚੇ ਘੜੇ ਤਾਂ ਤਰਸੀ ਇਸ਼ਕ ਖਬਰ ਹੈ, ਕਹਿ ਕਹਿ ਕਰਸੀ ਇਸ਼ਕ, ਇਸ਼ਕ ਨੇ ਹੱਥੋਂ ਤੰਗਾਂ ਮੈਂ, ਮਾੜੇ ਹੱਥੋਂ ਮਰਸੀ ਇਸ਼ਕ। ਅਸਲਾਮ ਵਾਲੇਕੁਮ ਜੀ, ਉਮੀਦ ਕਰਦੇ ਹਾਂ ਅਸਾਂ ਠੀਕ ਠਾਕ, ਖੈਰ ਮੇਰੀ ਸੋ ਮਾੜਾ ਨਾ ਸੈਦ ਬਿਲਾਲ ਹੈ। ਦਰਸਾਂ ਦੱਸਣ ਵੀ ਐਕਸਪਲੋਰ ਪਠਵਾਰ ਯੂਟਿਊਬ ਚੈਨਲ 'ਤੇ ਅੱਜ ਇੱਕ ਨਵੇਂ ਵਲੋਗ ਨਾਲ ਤੁਹਾਨੂੰ ਖਿਦਮਤ ਵਿੱਚ ਹਾਜ਼ਰ ਹਾਂ। ਸੁਬਹ ਸੁਬਹ ਨਾ ਟਾਈਮ ਹੈ ਤਾਂ ਚੂਚੇ ਔਰ ਬੱਤਖਾਂ ਵਗੈਰਾ ਖੋਲੀਆਂ ਅਤੇ ਇਹਨਾਂ ਕੀ ਭੋਰੇ ਸ਼ੋਰੇ ਪਾਸਾਂ ਭੋਰੇ ਵਗੈਰਾ ਪਾ ਕੇ ਅਤੇ ਫਿਰ ਨਿਕਲ ਸਾਂ ਸੁਹਾਵਾ ਨਾਲ ਗ੍ਰਾਂ ਹੈ ਕੋਟ ਤਮਿਆਕ, ਉੱਥੇ ਇੱਕ ਦੋਸਤ ਉਹਨਾਂ ਕੀ ਮਿਲਣ ਜਾਣਾ ਮੈਂ, ਉੱਧਰ ਜੁਲ ਸਾਂ ਅਤੇ ਸਾਰੀ ਰੂਟੀਨ ਨਾਲੋ ਨਾਲ ਤੁਹਾਨੂੰ ਕੀ ਦੱਸਾਂ ਜੀ। ਆਓ ਜੀ, ਅੱਜ ਨਾ ਵਲੋਗ ਕਰਨੇ ਆ ਸ਼ੁਰੂ। ਚਿੜੀ ਜਿਹੜਾ ਵਾ ਆਲਣਾ ਪਾਇਆ ਸਾਨੇ ਛੱਤੇ ਵਿੱਚ, ਤਾਂ ਇਹ ਚੋਕ ਦੇਣੀ ਹੈ ਵੀ ਬੱਚੇ ਕੀ ਜਿਹਦੇ ਵੀ ਉਸ ਚੀਲੇ ਛੀਲੇ ਬਦਲੀ ਕਰਕੇ ਅਸਾਂ ਹੁਣ ਨਿਕਲ ਪਏ ਹਾਂ ਜੀ, ਤਾਂ ਆਸਤਾ ਆਸਤਾ ਸਫ਼ਰ ਨਾਲ ਆਗਾਜ਼ ਕਰਨੇ ਹਾਂ। ਤਕਰੀਬਨ 10 ਨਾਲ ਟਾਈਮ ਹੋ ਗਿਆ ਤਾਂ ਗਰਮੀ ਗੁੱਪ ਜੀ ਬਣੀ ਹੈ, ਜਾਂ ਜਿਹੜਾ ਨਾ ਬਸ ਜੀ ਸਾਹਮਣੇ ਜਿਹੜਾ ਮੌਸਮ ਆਉਣਾ ਹੈ, ਤਾਂ ਜੁਲੇ ਹਾਂ। ਪਹਿਲਾਂ ਮੋਟਰਸਾਈਕਲ ਥੋੜ੍ਹਾ ਚੈੱਕ ਕਰਾ ਸਾਂ, ਥੋੜ੍ਹਾ ਜਿਹਾ ਗੜਬੜ ਪਿਆ ਕਰਨਾ, ਅਤੇ ਉਸ ਤੋਂ ਬਾਅਦ ਫਿਰ ਅੱਗੇ ਮੋਟਰਸਾਈਕਲਾਂ ਦੀ ਸੈਟਿੰਗ ਤੋਂ ਬਾਅਦ ਅਸਾਂ ਫਿਰ ਆਪਣੀ ਮੰਜ਼ਿਲ ਦਰ ਨਿਕਲ ਪਏ ਹਾਂ ਜੀ। ਜਿਹਦੇ ਵੀ ਅਸਾਂ ਹੁਣ ਪਹੁੰਚ ਗਏ ਹਾਂ ਜੀ, ਇੱਥੇ ਸੁਹਾਵਾ ਹੈ ਅਤੇ ATM ਚੈੱਕ ਕੀਤਾ ਉਹ ਖਰਾਬ ਹੈ, ਅਤੇ ਆ ਗਿਆ ਫਿਰ ਇੱਥੇ ਨੈੱਟ ਪੁਆਇੰਟ ਨਾ ਆਫਿਸ ਹੈ, ਉੱਥੇ ਚੋਈ ਸਾਹਿਬ ਬੈਠੇ, ਚੋਈ ਸਾਹਿਬ ਹੱਥ ਲਾਸ਼ ਹੋਇਆ ਸੱਜਾ ਕਿਹੜੇ ਕਿਹੜੇ ਇਲਾਕੇ ਚੋਈ ਸਾਹਿਬ ਸਰਵਿਸ ਹੈ ਤਾਂ? ਸਰ ਸਾਡੇ ਕੋਲ ਸੁਹਾਵਾ ਔਰ ਸੁਹਾਵਾ ਦੇ ਸਰਾਊਂਡਿੰਗ ਜਿੰਨੇ ਕੋਟ ਦਾ ਮੈਂ ਕੀ ਸੁਆਵੇ, ਦੋ ਰਸਤੇ ਜਾਣੇ ਨੇ, ਇੱਕ ਚੱਕਵਾਲ ਮੋੜ ਤੋਂ ਤਾਂ ਇੱਕ ਥਾਣੇ ਨੇ ਸਾਹਮਣੇ, ਅਸਾਂ ਥਾਣੇ ਨੇ ਸਾਹਮਣੇ ਵਾਲਾ ਰਸਤਾ ਇਸਤੇਮਾਲ ਕੀਤਾ ਜੀ, ਇਹ ਰੇਲਵੇ ਸਟੇਸ਼ਨ ਤੋਂ ਨਿਕਲਣੇ ਅਤੇ ਫਿਰ ਅੱਗੇ ਜੁਲਸਾਂ, ਨਾਲੋ ਨਾਲ ਤੁਸਾਂ ਕੀ ਦੱਸਣੇ ਜੁਲਸਾਂ ਜੀ, ਬਾਰਿਸ਼ ਹੋਈ ਆ ਕਾਫੀ ਸਾਰੀ, ਅਤੇ ਇਹ ਚੈੱਕ ਕਰੋ ਇਹ ਰੇਲਵੇ ਨਾਲ ਜਿਹੜਾ ਪੁੱਲ ਬਣੇ ਆ, ਕਿਤਨਾ ਖੂਬਸੂਰਤ ਔਰ ਕਿਤਨਾ ਬਿਹਤਰੀਨ ਕਿਸਮ ਨਾਲ ਬਣੇ ਆ, ਲੇਕਿਨ ਇਹ ਥੱਲਾ ਜਿਹੜਾ ਨਾ ਰੋਡ ਕਾਫੀ ਸਾਰੀ ਪੱਟੀ ਹੈ, ਇਹ ਚੈੱਕ ਕਰੋ ਪਾਣੀ ਜਿਹੜਾ ਨਾ ਪੂਰਾ ਸਵਿਮਿੰਗ ਪੂਲ ਬਣੇ ਆ। ਫਾਈਨਲੀ ਅਸਾਂ ਪਹੁੰਚ ਗਏ ਜੀ ਕੋਟ ਧਮਿਆਕ, ਇਹ ਛੋਟਾ ਜਿਹਾ ਬਾਜ਼ਾਰ ਹੈ, ਅਤੇ ਅਸਾਂ ਨੇ ਜਿਹੜੇ ਦੋਸਤ ਨੇ ਉਹਨਾਂ ਨਾਲ ਤੁਸਾਂ ਮੁਲਾਕਾਤ ਕਰਵਾਉਣੇ ਆ, ਉਹ ਕੋਟ ਧਮਿਆਕ ਤੋਂ ਥੋੜ੍ਹਾ ਬਾਹਰ ਕਰਕੇ ਖਲਤੇ ਹਨ ਜੀ। ਪਠਵਾਰੀ ਬੋਲਸੋ, ਪਠਵਾਰੀ ਉਰਦੂ ਨੀ ਆਪਣੀ ਸੋਹਣੀ ਜ਼ਬਾਨ ਪਠਵਾਰੀ ਬੋਲੀ, ਸਾਡੇ ਨਾਲ ਦੋ ਪਿੰਡੀ ਨੇ ਜਾਕਤ ਆਏ ਤਾਂ ਉਰਦੂ ਬੋਲੀ, ਜਾਕਤ ਆਏ ਜੀ ਪਿੰਡੀ ਤੂੰ, ਇਹ ਮਹਿਮਾਨ ਆਏ ਨਾ ਤਾਂ ਇਹ ਇਹਨਾਂ ਨੀ ਵਜਿਆ ਤੂੰ, ਲੇਕਿਨ ਉਹ ਬੋਲ ਕਿੰਨੇ ਪਠਵਾਰੀ ਬੋਲੋ ਨਾ ਜੀ, ਅੱਗੇ ਬੋਲੀ ਨੇ ਬੋਲ ਕਿੰਨੇ ਤੇ ਪ੍ਰੋਗਰਾਮ ਕਿਆ ਵੈ? ਬਸ ਜੀ ਅੱਗੇ ਜੁਲਨੇ ਆ ਸਾਂਗੀ ਦੱਸਨੇ ਆ ਨਾਲ ਨਾਲ, ਜਿੱਥੇ ਜਿੱਥੇ ਰੁੱਖ ਆਇਆ ਉਧਰ ਸ਼ੋਸਮ ਨੇ ਲਿਆ ਨਾ, ਸਾਂ ਕਹਿੰਦੇ ਥੋੜਾ ਜਿਹੜਾ ਨਾ ਫਰੈਸ਼ਮੈਨ ਨਾ ਇੰਤਜ਼ਾਮ ਕੀਤਾ ਜਾਏ, ਸਹੀ ਹੈ, ਬਾਕੀ ਕਿਆ ਜੁਲਨੇ ਆ ਫਿਰ ਤੁਹਾਨੂੰ ਦੱਸਨੇ ਆ ਨਾ ਕਿਆ ਮੋੜ, ਇੱਥੇ ਹੀ ਕੋਰਾ ਬਵ ਯਾਰ ਬੰਨੇ ਛੰਨੇ ਦਾ ਜੁਲਨੇ ਆ ਗਿਆ, ਥੋੜੀ ਸੋਹਣੀ ਜੀ ਬੜੀ VIP ਲੋਕੇਸ਼ਨ ਹੈਗੀ ਉੱਥੇ ਜੁਲਨੇ ਆ। ਅੱਛਾ ਠੀਕ ਹੈ, ਇਨਸ਼ਾਅੱਲਾ ਤੇ ਮਜ਼ਾ ਆਏ ਸੀ। ਕੋਟ ਦਾ ਮਹਿਕ ਤੋਂ ਅਸਾਂ ਅਗਲੇ ਪਾਸੇ ਨਿਕਲ ਪਏ ਹਾਂ ਜੀ, ਅੱਗੇ ਦੋ ਲੋਕੇਸ਼ਨਾਂ ਆਸ਼ੀਆਂ ਨੇ, ਇੱਕ ਸ਼ਾਬੂਦੀਨ ਗੋਰੀ ਨਾਲ ਮਕਬਰਾ, ਅਤੇ ਇੱਕ ਅੱਗੇ ਸਰ ਜਲਾਲ ਅਤੇ ਸਰ ਸ਼ਾਬੂਦੀਨ ਗੋਰੀ, ਉਹਨਾਂ ਨੇ ਮਕਬਰੇ ਨਾਲ ਰੋਡ ਜਾਣਾ ਪਿਆ, ਇੱਥੋਂ ਤਾਂ ਅੱਗੇ ਨਿਕਲ ਪਏ ਆ, ਅਤੇ ਹੁਣ ਮਾੜੇ ਖਿਆਲ ਵਿੱਚ ਅੱਗੇ ਹੀ ਜੁਲਾਂ ਹੈ ਸਰ ਜਲਾਲ, ਤਾਂ ਬੜਾ ਸੋਹਣਾ ਜਿਹਾ ਇਲਾਕਾ ਹੈ ਔਰ ਬੜੀ ਸੋਹਣੀ ਜਿਹੀ ਜਗ੍ਹਾ ਹੈ, ਔਰ ਇਸ ਏਰੀਏ ਦੀਆਂ ਰੋਡਾਂ ਬੜੀਆਂ ਬਿਹਤਰੀਨ ਹਨ ਜੀ,
ਤੇ ਫਾਈਨਲੀ ਫਿਰ ਅਸਾਂ ਪਹੁੰਚ ਗਏ ਹਾਂ ਜੀ ਅੱਗੇ ਸਰ ਜਲਾਲ ਖਾਨ। ਇਹ ਸਰ ਬਣੇ ਹਾਂ ਮੈਂ ਇਸ ਪਾਸੇ, ਇੱਥੇ ਅੱਗੇ ਇੱਕ ਵੀਡੀਓ ਅਸਾਂ ਬਣਾ ਚੁੱਕੇ ਹਾਂ। ਇਹ ਤਲਾਬ ਜਿਹੜਾ ਨਾ ਸਰ ਜਲਾਲ ਖਾਨ, ਇਹ ਖੱਬੇ ਪਾਸੇ ਜਿਹੜੀ ਹੈ ਸ਼ਾਹਜਹਾਨ ਮੁਹੰਮਦ ਚਿਸ਼ਤੀ ਉਹਨਾਂ ਦੀ ਦਰਬਾਰ ਹੈ, ਅਤੇ ਬਹਿੜੇ ਬਹਿੜੀਆਂ ਚੈੱਕ ਕਰੋ ਨਾ, ਸਪੀਡਾਂ ਲਾ ਦਿੱਤੀਆਂ ਨੇ। ਅਰਸਲਾਨ ਬਾਈ ਇੱਥੇ ਆਉਣੇ ਜੀ ਕੋਈ ਲੰਗਰ ਸ਼ੰਗਰ ਨਾਲ ਸਿਲਸਿਲਾ ਕਰਨਾ, ਨਾਲ ਕੋਈ ਚੀਜ਼ਾਂ ਆਉਂਦੀਆਂ ਨੇ ਤਾਂ ਇੱਥੇ ਲਖਤਲਾਂ ਔਰ ਹਰ ਸ਼ਹਿ ਜਿਹੜਾ ਦੇਸ਼ਕੇ ਮਿਲ ਜਾਣੇ ਜੀ। ਤਾਂ ਵੀ ਅਸਾਂ ਹੁਣ ਪਹੁੰਚ ਗਏ ਜੀ, ਇਹਨਾਂ ਦੱਸਿਆ ਕੋਈ ਨਹੀਂ ਸੀ, ਅਤੇ ਲੇਕਿਨ ਮਾੜੇ ਕੀ ਜਿਹੜਾ ਵੈ ਨਾ ਐ ਸੀ ਜ਼ਹਿਨ ਹੈ ਕਿ ਇਹਨਾਂ ਉੱਥੇ ਹੀ ਜਾਣਾ ਹੈ। ਇਹ ਆ ਗਿਆ ਹੁਣ ਅਸਾਂ ਸਰ ਜਲਾਲ ਖਾਨ ਇਸ ਜਗ੍ਹਾ ਕੀ ਆਖਣੇ ਨੇ, ਉਹਦੇ ਪਿੱਛੇ ਸਰ ਹੈ ਤੁਹਾਨੂੰ ਤੱਕਣੇ ਹੋ ਸੋ ਪੇ। ਇਹ ਬੜੀ ਤਾਰੀਖੀ ਜੀ ਜਗ੍ਹਾ, ਉਹ ਦਰਬਾਰ ਹੈ ਜਿਹੜੀ ਹੈ ਸ਼ਾਹਜਹਾਨ ਮੁਹੰਮਦ ਬਜ਼ੁਰਗਾਂ ਦੀ ਦਰਬਾਰ ਹੈ, ਔਰ ਨਾਲ ਬੜੀ ਤਾਰੀਖੀ ਮਸਜਿਦ ਵੀ ਹੈ। ਅਤੇ ਅਸਾਂ ਪਹਿਲਾਂ ਇੱਕ ਜਿਹੜਾ ਵੈ ਤਫਸੀਲੀ ਅਸਾਂ ਵੀਡੀਓ ਇੱਥੇ ਬਣਾ ਚੁੱਕੇ ਹਾਂ। ਬਹੁਤ ਖੂਬਸੂਰਤ ਜਿਹੜੀ ਹੈ ਇਹ ਜਗ੍ਹਾ ਵੈ, ਪਿੱਛੇ ਤੱਕਣੇ ਹੋ ਸੋ ਪੇ ਜਿਹੜਾ ਸਰੈ ਵਿੱਚ ਸਰ ਆਖਣੇ ਨੂੰ ਤਲਾਬ ਹੈਗੀ, ਅਤੇ ਇਸਨੇ ਵਿੱਚ ਕਮਲ ਨੇ ਫੁੱਲ ਜਿਹੜੇ ਨੇ ਇਹ ਬੜੇ ਸੋਹਣੇ ਸੋਹਣੇ ਖਿਲੇ ਨੇ। ਇਸ ਟਾਈਮ ਅੰਬਾਰ ਹੈ ਫੁੱਲ, ਇਹਦੇ ਚੈੱਕ ਕਰੋ ਜੀ, ਟਮਾਟਰ ਸ਼ਾਟਰ ਵੀ ਲਾਏ ਨੇ ਨਾਲ, ਅਸਾਂ ਦਾ ਇਹ ਦਹੀਂ ਹੈ, ਇੱਧਰ ਇਹ ਗੋਸ਼ਤ ਹੈ। ਇੱਥੇ ਜਿਹੜੀ ਹੈ ਹਰ ਸ਼ਹਿ ਤਕਰੀਬਨ ਦੇਸ਼ਕੇ ਸ਼ੇਸ਼ਕੇ ਸਭ ਕੁਝ ਕੁਕਿੰਗ ਨਾਲ ਸਾਰਾ ਸਮਾਨ ਪਿਆ ਹੋਣਾ, ਉਹ ਇੱਥੋਂ ਆਉਣੇ ਆ ਜੀ, ਅਤੇ ਬਾਕੀ ਮਾਮਲਾਤ ਸੰਗ ਨਾਲੋਂ ਨਾਲ ਦੱਸ ਜਿਹੜੇ ਚਲੇ ਗਏ ਜੀ ਕੋ ਦੇਸ਼ਕੇ ਸ਼ੇਸ਼ਕੇ ਚਾਣਿਆਂ ਦੀਆਂ। ਤਾਂ ਮੈਂ ਇੱਧਰ ਹੀ ਖਲ ਗਿਆ ਮੋਟਰਸਾਈਕਲਾਂ ਕੋਲ ਹੀ, ਕਿਉਂਕਿ ਇਹ ਬੈਠੇ ਆ ਵੈ ਕੁੱਤਾ ਵੀ, ਇਹ ਨਾ ਵੈ ਗੋਸ਼ਤ ਹੀ ਜਿਹੜਾ ਨਾ ਅੱਗੇ ਕੌਮ ਵੋਟਿੰਗ 'ਚ ਆ ਖੜੀ ਕਰੋ ਨਾ, ਜਿਹੜੇ ਚਾਹ ਕੇ ਉਧਰੋਂ ਆਉਣੇ ਨੇ ਪੇ ਕੱਢ ਕੇ ਇਹ ਭਾਈ ਹੋਰਾਂ ਜਿਹੜਾ ਦੇਸ਼ਕਾ ਚ ਆਇਆ ਵੈ, ਉੱਧਰ ਉਹ ਚਟਾਈ ਚਾਹੀ ਹੈ ਅਰਸਲਾਨ ਬਾਈ, ਤੇ ਪਿੱਛੇ ਬਾਲਟੀ ਭਾਈ ਹੋਰਾਂ ਚਾਹੀ ਹੈ ਜੀ। ਇੱਧਰ ਇਹਨਾਂ ਬਾਲਟੀ ਵਿੱਚ ਜਿਹੜਾ ਨਾ ਗਲਾਸ ਸ਼ਾਸ ਵੀ ਪਾਏ ਨੇ, ਸਭ ਕੋਈ ਲੂਣ ਛੂਣ ਵੀ ਚਾਹ ਆਉਂਦਾ ਨੇ ਜੀ। ਚਟਾਈ ਕੀ ਜਿਹੜਾ ਜੀ ਡਾਹਣੇ ਆ ਇੱਥੇ ਬੜੀ ਬਿਹਤਰੀਨ ਜੀ ਛਾਂ ਹੈ, ਪਿਪਲੇ ਨੇ ਥੱਲੇ ਪਿੱਪਲ ਲੈ ਕੇ ਬੋਹੜ ਹੈ ਪਤਾ ਨਹੀਂ। ਇਹ ਚੈੱਕ ਕਰੋ ਨਾ ਕਿਸੇ ਟਾਈਮ ਇਹ ਜਿਹਨਾਂ ਬਣਾਇਆ ਸੀ, ਇਹ ਫਰੋਦਗਾਹ ਸ਼ਾਹੀ ਫਰੋਦਗਾਹ ਸੀ, ਤੇ ਹੁਣ ਇੱਥੇ ਜਿਹੜੇ ਜਿਹੜਾ ਵੈ ਅਸ਼ਨੇ ਅੱਗ ਬਾਲਣ ਦਾ ਖਾਣਾ ਜਾਣਾ ਪਕਾਉਣੇ ਨੇ। ਲਕੜੀਆਂ ਲਾਉਣ ਕਰਨੇ ਆ, ਦੇਸ਼ਕਾ ਚੜ ਗਿਆ ਜੀ ਚੁੱਲ੍ਹੇ ਉੱਪਰ, ਤੁਸਾਂ ਇਹ ਲਈ ਲਓ ਹੈ, ਇਹ ਸੁੱਕੀ ਹੈ ਉਹ ਦੇਸ਼ਕਾ ਹੀ ਹਲਣ ਲੱਗ ਪਿਆ। ਭਾਈ ਹੋਰਾਂ ਕੱਢ ਕੇ ਆਉਂਦਾ ਜੀ ਪੈਟਰੋਲ, ਅਤੇ ਪੈਟਰੋਲ ਸਟਿਆ ਤਾਂ ਨਹੀਂ, ਲੇਕਿਨ ਇਹ ਹੈ ਕਿ ਸਿੰਨੀ ਹੈ, ਮੈਂ ਤਾਂ ਆਖਿਆ ਸੀ ਨੇ ਕੱਖ ਸ਼ੱਕ ਕੁਝ ਚੁਣੇ ਸਨ, ਇਹ ਸਟਿਆ ਤਾਂ ਹੋਰ ਥੋੜ੍ਹਾ ਜਿਹਾ ਸੱਟ ਕੇ ਨਹੀਂ ਹੈ, ਤੱਕਿਆ ਜੀ ਇਹ ਹੈ ਅੱਗ ਪਈ ਤਾਂ ਚੰਗੀ ਹੈ। ਇਹ ਜਿਹੜਾ ਜੀ ਚੁਣਨੇ ਪਏ ਹਾਂ ਪੈਟਰੋਲ ਜਿਹੜਾ ਜੀ ਬਲ ਗਿਆ ਸਾਰਾ, ਪਖਿਆ ਨਹੀਂ ਹੈ ਕੰਮ, ਥੋੜ੍ਹੇ ਜਿਹੇ ਕੋਲੇ ਬਣ ਗਏ ਤਾਂ ਫਿਰ ਨਾਲ ਇਹ ਸਿੰਨੀਆਂ ਵੀ ਜਲ ਸਨ ਪਈਆਂ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਚੈੱਕ ਕਰੋ ਜੀ ਭਾਈ ਯਾਰ ਲੱਕੜਾਂ ਕਿ ਨਹੀਂ ਆਏ ਬੱਲੇ ਕੀ ਨਾਮ ਨੇ ਤੌਰ ਪਰ ਨਾ ਇੱਕ ਠੰਡਾ ਜਾਮ ਦੇਣੇ ਆ, ਆਮ ਠੰਡੇ ਹੋਏ ਭਾਈ ਤੁਸੀਂ ਖਾਈ ਸਕਦੇ ਹੋ। ਆ ਗਲਕੀ ਹਲਕੀ ਬਲ ਪਈ ਹੈ ਜੀ, ਗੋਸ਼ ਜਿਹੜਾ ਜੀ ਪਹਿਲੇ ਸਟਿਆ ਨੇ ਇਧਰ ਦੇਸ਼ਕੇ ਚ, ਇਹ ਧੋਣ ਲਗੇ ਮਰਚਾਂ ਸ਼ਰਚਾਂ ਕਪੋਰ ਸਰਕਾਰ ਮੈਂ ਅੰਮਾ ਨੇ ਇੰਤਜ਼ਾਰ ਕਰਨਾ ਪਿਆ ਉਹ ਠੰਡੇ ਹੋਣ। ਇਹ ਕੋ ਥੋੜੇ ਜੇ ਅੱਗ ਬਾਲਣੇ ਨੇ ਚੱਕਰਾ ਜਿਹੜਾ ਜੀ, ਇਹ ਤਾਂ ਕੋ ਨਾ ਹੱਥ ਕਾਲੇ ਹੋ ਗਏ ਨਿਧਰੂ ਐ ਕੱਪੜੇ ਵੀ, ਤੇ ਇਹ ਹੈ ਕਿ ਚਿੱਟੇ ਕੱਪੜੇ ਇਹ ਜੀ ਜਗ੍ਹਾ ਤੇ ਨਹੀਂ ਲਾ ਕੇ ਐਸ਼ਨੇ ਚਾਹੀਦੇ, ਖਾਸ ਤੌਰ ਤੇ ਜਿੱਥੇ ਕੁਕਿੰਗ ਸ਼ੁਕਿੰਗ ਜਾਂ ਇਸ ਤਰ੍ਹਾਂ ਦੀ ਐਡਵੈਂਚਰਲ ਜਗ੍ਹਾ ਹੋਵੇ। ਮਾੜੇ ਕੀ ਇਹ ਪਤਾ ਹੀ ਨਹੀਂ ਸੀ, ਨਹੀਂ ਤਾਂ ਮੈਂ ਜਿਹੜਾ ਦੂਏ ਲਾ ਕੇ ਅੱਛਾ ਇਹਨਾਂ ਦੱਸਿਆ ਹੀ ਨਹੀਂ ਸੀ ਬਈ ਇਹ ਪ੍ਰੋਗਰਾਮ ਹੈ। ਗੋਸ਼ ਤਕਰੀਬਨ ਜਿਹੜਾ ਜੀ ਇਹ ਸਾਫ਼ ਕਰ ਛੁੜਿਆ, ਤੋਸ਼ੋ ਛੁੜਿਆ ਵਾ ਥੋੜ੍ਹਾ ਬਹੁ ਹੈ ਵੈ, ਬਾਕੀ ਇਹ ਉਹ ਜਿਹੜਾ ਨਾ ਪਕਸੀ ਜ਼ਿਲ੍ਹਾ ਦੇ ਵਿੱਚ ਹੀ ਸਾਫ਼ ਹੋ ਜਾਏ ਸੀ ਆਪੇ ਹੀ। ਉਹਦਾ ਤੱਕੋ ਜੀ ਪਹਿਲਾਂ ਹੀ ਜਨਾਬ ਇਹਨਾਂ ਬੋਤਲਾਂ ਛੋਤਲਾਂ ਖੋਲ ਦਿੱਤੀਆਂ ਸਾਰਾ ਕੁਝ ਯਾਰਾ, ਫਿਰ ਤੱਕੋ ਪਸੀਨਾ ਚੈੱਕ ਕਰੋ ਆਪਣੇ ਤੱਕ, ਇਧਰ ਪਸੀਨਾ ਦੇਖੋ, ਅੱਗ ਲਾਉਣਾ ਬੜਾ ਔਖਾ ਕੰਮ ਹੈ ਜੀ। ਇਹ ਜਨਾਬ ਠੰਡੇ ਹੋ ਗਏ ਨੇ ਬਿਲਕੁਲ, ਬਹੁਤ ਮਜ਼ੇਦਾਰ ਹੋ ਗਏ ਨੇ। ਬਿਲਾਲ ਬਾਈ
ਇਹ ਤੱਕੋ ਨਾ ਹੱਥ ਲਾਈ ਚੈੱਕ ਕਰੋ ਨਾ ਜੀ ਬਿਹਤਰੀਨ ਕਿਸਮ ਦਾ ਸਹੀ ਯਖ ਯਖ ਠੰਡੇ ਹੋ ਗਏ ਨਾ ਲਾਲ ਭਾਈ ਕੈਸਾ ਰਾਕਾ ਹੈ ਬਿਹਤਰੀਨ ਜੀ ਬਿਹਤਰੀਨ ਕੀ ਬਾਤ ਹੈ ਇਹ ਦੇਸੀ ਆਮ ਹੈ ਜੀ ਦੇਸੀ ਆਮ ਚੰਗਾ ਆਮ ਹੈ ਟੇਸਟੀ ਹੈ ਨਾ ਆਹ ਗੱਲ ਕੀ ਹਲਕੀ ਬਲ ਪਈ ਹੈ ਜੀ ਲੱਕੜਾਂ ਇਹ ਵੈਸੇ ਕਾਫੀ ਨੇ ਲੇਕਿਨ ਇਹ ਹੈ ਕਿ ਥੋੜੀਆਂ ਹੋਰ ਇਤਿਆਤਨ ਜਿਹੜਾ ਨਾ ਕਿਨਾਣੀਆਂ ਕਿਹ ਆਣੇ ਰਾਇਆ ਜੀ ਲੱਕੜਾਂ ਆਣੀਆਂ ਪੈਸਾ ਜੁਲੀਆ ਸਾਹਿਬ ਇਹ ਆਣੇ ਨੇ ਭਾਈ ਅਰਸਨੀਆਂ ਨੇ ਤੇ ਜੁੱਲੇ ਆ ਥੋੜੀਆਂ ਜੀਆਂ ਹੋਰ ਉੱਪਰੇ ਪਾਸਿਓਂ ਜਿਹੜਾ ਨਾ ਚਾ ਕੇ ਆਣ ਇਹ ਜਿਹੜੀ ਮਸਜਿਦ ਹੈ ਇਹ ਚੈੱਕ ਕਰੋ ਜੀ ਇਹ ਕੰਧਾਂ ਇਸਨੀਆਂ ਜਿਹੜੀਆਂ ਨਾ ਕਿਤਨੀਆਂ ਕਿਤਨੀਆਂ ਮੋਟੀਆਂ ਕੰਧਾਂ ਨੇ ਔਰ ਇਹ ਤਕਰੀਬਨ 650 ਸਾਲ ਜਿਹੜਾ ਪੁਰਾਣੀ ਮਸਜਿਦ ਹੈ ਇਧਰ ਜਿਹੜਾ ਜੀ ਹੈ ਆਏ ਨਾ ਹੋਰ ਵੀ ਜਣੇ ਨਾ ਜਿਹੜਾ ਨਾ ਐ ਪਾਰ ਅਸਤੋਂ ਬਿਸਮਿਲਲਾ ਕੀ ਹਾਲ ਹੈ ਠੀਕ ਹੋ ਹਜ਼ੂਰ ਸੇ ਤਾਂ ਠੀਕ ਨਾ ਤੁਸੀਂ ਇਸ ਟਾਈਮ ਸਲਾਮਤ ਰਹੋ ਤੁਸੀਂ ਇਸ ਟਾਈਮ ਪਠਵਾੜੀ ਰੌਣਕ ਮਾਫਤਾਨ ਜਨਾਬ ਮਾਫਤਾਨ ਮਾਫਤਾਨ ਤੁਸਾਂ ਨਹੀਂ ਬਾਕੀ ਤੇ ਮਿਲੀ ਤੇ ਸਲਾਮਤ ਰਹੋ ਆਬਾਦ ਰਹੋ ਤੁਸਾਂ ਨੂੰ ਮਿਲ ਗਿਆ ਵੀ ਖੁਸ਼ੀ ਹੋਈ ਹੈ ਜੀ ਤੇ ਸੁਣਾਓ ਕਿਧਰ ਜਿਹੜਾ ਅੱਜ ਮਾਸ਼ਾਅੱਲਾ ਜਿਹੜਾ ਬੱਕਰਾ ਆਂਦੇ ਆ ਹਾਂ ਜੀ ਅੱਜ ਇਹ ਮਾਸਟਰਾਂ ਦੀ ਪਾਰਟੀ ਹੈ ਅੱਛਾ ਮਾਸਟਰ ਆਸਨ ਸਹੀ ਗਿਆ ਬੱਕਰਾ ਖਾਸਨ ਗੱਪਸ਼ਪ ਲਾਸਨ ਰੌਣਕ ਮੇਲਾ ਲਾਸਨ ਜੀ ਬਹੁਤ ਹੀ ਅੱਛੇ ਪਜਾਨ ਵਿਲਾਗਰ ਰਣ ਜੀ ਔਰ ਬੜਾ ਅੱਛਾ ਇਹ ਸਾਰਾ ਇਲਾਕਾ ਪਠਵਾਰ ਔਰ ਪਠਵਾਰੀ ਜ਼ਬਾਨ ਕੀ ਪ੍ਰੋਮੋਟ ਕਰ ਰਹੇ ਤੇ ਇਹ ਹੁਣ ਆਪੂ ਹੀ ਲਾਸੋ ਖਲ ਛਲ ਬਹੁਤ ਲੋਕਾਂ ਜਾ ਕੋ ਬੱਕਰੋਟਾ ਆਂਦਾ ਹੈ ਅਸਲ ਨਾਲ ਇਹ ਬੱਕਰਾ ਜਿਹੜਾ ਹੈ ਨਾ ਥੋੜਾ ਜਿਹਾ ਇਸ ਦੀ ਵਾਦਾ ਮਰੀ ਗਈ ਹੈ ਅੱਛਾ ਸੁਖਿਆ ਸੀ ਇਹ ਖਲਾ ਖਲਾ ਰਹਿਣਾ ਸੀ ਅਸਾਂ ਕਹਿੰਦੇ ਕਿ ਰਾਮ ਮੌਤ ਮਰੇ ਅੱਛਾ ਅਸਾਂ ਇਸ ਕੀ ਜੋਲੀ ਹੈ ਜਿੱਥੇ ਨੇ ਸੁਖਿਆ ਵਾ ਉੱਥੇ ਅਸਾਂ ਇਸ ਕੀ ਚੜ੍ਹਦੇ ਇਹ ਤੁਸਾਂ ਦਾ ਇਹ ਜੀ ਮੈਂ ਆਂਦਾ ਕੀ ਬਾਤ ਹੈ ਗ੍ਰਾਂ ਕਿਹੜਾ ਤੁਸਾਂ ਨੇ ਮਾੜਾ ਗ੍ਰਾਂ ਕਰੁੰਟਾ ਸਿਕੰਦਰਾਲ ਕਰੁੰਟੇ ਕਿਤਨੇ ਨੇ ਕਰੁੰਟੇ ਨੇ ਬੇਸਿਕਲੀ ਜਿਹੜੇ ਕਰੁੰਟੇ ਦੋ ਨਾ ਕਰੁੰਟਾ ਸਿਕੰਦਰਾਲ ਯਾਨੀ ਦੋ ਕਰੁੰਟਿਆਂ ਕੇ ਰਿਪ੍ਰੈਜ਼ੈਂਟ ਕਰਨਾ ਔਰ ਕਰੁੰਟਾ ਇੱਕ ਬਾਲਾ ਹੈ ਔਰ ਇੱਕ ਕਰੁੰਟਾ ਜ਼ੇਰੀ ਹੈ ਜੀ ਅਸਾਂ ਕੁੱਕੜ ਆਂਦੇ ਆਓ ਨਾ ਉਧਰ ਜਿਹੜਾ ਅਸਾਂ ਬਿਸਮਿਲਲਾ ਸ਼ਾਹ ਜੀ ਤੁਸਾਂ ਨੇ ਕੁੱਕੜ ਹੀ ਖਾਸਾ ਤੁਸੀਂ ਬੱਕਰਾ ਹੀ ਖਾਸਾ ਜੀ ਇਨਸ਼ਾਅੱਲਾ ਇਨਸ਼ਾਅੱਲਾ ਤੇ ਬਾਕੀ ਹੁਣ ਅਸਾਂ ਲੱਕੜਾਂ ਲੋੜਨੇ ਪਿਆ ਜੀ ਤਕੜੇ ਇਧਰ ਕੁਰੇ ਜਿਹੜਾ ਨਾ ਲੱਕੜਾਂ ਕੋ ਤੁ ਲਬਸਨ ਸ਼ਾਹ ਜੀ ਮੈਂ ਤੁਹਾਨੂੰ ਮਦਦ ਕਰਸਾਂ ਅੱਛਾ ਮਾੜੇ ਇਲਾਕੇ ਚ ਐ ਮੈਂ ਤੁਹਾਨੂੰ ਵਾਹ ਜੀ ਵਾਹ ਕੀ ਬਾਤ ਹੈ ਰਾਏ ਜੀ ਤੱਕ ਨਾ ਫਿਰ ਲੱਕੜਾਂ ਲੱਭੀਆਂ ਲੋੜਨੇ ਆ ਜੀ ਹੁਣ ਇਕੱਠੀਆਂ ਹੋ ਕੇ ਲੱਕੜਾਂ ਅਸਾਂ ਤੇ ਜੋਲਨੇ ਆ ਕੋਈ ਲੱਭੀਆਂ ਨਾ ਸਾਂਗੀ ਤੇ ਬਾਕੀ ਵੀ ਕਰਨੇ ਆ ਦਰਸ਼ਨ ਹੁਣ ਮੀਂਹ ਮਿਲ ਗਿਆ ਤਾਂ ਇਨਸ਼ਾਅੱਲਾ ਲੱਕੜਾਂ ਦੀ ਟੈਨਸ਼ਨ ਨਹੀਂ ਹੋਣੀ ਇਧਰ ਜਿਹੜਾ ਜੀ ਹੈ ਪਾਰ ਮਾਸਟਰਾਂ ਬੱਕਰਾ ਪੁੱਠਾ ਟੰਗੇ ਆ ਤੇ ਇਸਨੀ ਖਲ ਲਾਣੇ ਨੇ ਪੇ ਇਹ ਮਾਸ਼ਾਅੱਲਾ ਟੀਚਰ ਹੋ ਸਰ ਜੀ ਤੁਸੀਂ ਕੀ ਬਾਤ ਹੈ ਤੇ ਇਹ ਕਦੋਂ ਕੰਮ ਸਿੱਖਿਆ ਤੁਸੀਂ ਇਹ ਬਸ ਸ਼ੌਕ ਅੱਛਾ ਮਤਲਬ ਕਿ ਐਡਵੈਂਚਰ ਹੀ ਆ ਜੀ ਕੁਕਿੰਗ ਵਗੈਰਾ ਨਾ ਕਰਨੇ ਰਹਿਣੇ ਹੋ ਕੀ ਬਾਤ ਹੈ ਕੀ ਬਾਤ ਹੈ ਤੇ ਆਪਣਾ ਕਿਹੜਾ ਇਲਾਕਾ ਸਰ ਜੀ ਸਰ ਰੇਤਲੀ ਤੇ ਕਿਹੜੇ ਸਕੂਲ ਪੜਾਣੇ ਹੋ ਮੈਂ ਗਵਰਨਮੈਂਟ ਪ੍ਰਾਇਮਰੀ ਸਕੂਲ ਰੇਤਲੀ ਤੁਸੀਂ ਵੀ ਟੀਚਰ ਹੋ ਜੀ ਉਸਤਾਦ ਤੇ ਕਿਹੜੇ ਸਕੂਲ ਤੋਂ ਪੜਾਣੇ ਹੋ ਜੀ ਗਵਰਨਮੈਂਟ ਪ੍ਰਾਇਮਰੀ ਸਕੂਲ ਅਥੀਆ ਪਾਇਨ ਸਰ ਜੀ ਠੀਕ ਹੋ ਸੇਚੇ ਠੀਕ ਹੈ ਕੁੱਤਾ ਇਨਕਾਰ ਆਪਣੇ ਡੋਮੇਲੀ ਮਾਸ਼ਾਅੱਲਾ ਬਹੁਤ ਦੂਰੋਂ ਆਏ ਹੋ ਜੀ ਨੇਚਰ ਉਧਰ ਤੇ ਪਹਾੜ ਇਧਰ ਨਾਲ ਮਜ਼ੇ ਨੇ ਇਨਕੇ ਆਣੇ ਬਹੁਤ ਜ਼ਿਆਦਾ ਮਜ਼ਾ ਇਧਰ ਵੀ ਬਹੁਤ ਜ਼ਿਆਦਾ ਮਜ਼ਾ ਅੱਛਾ ਕਿਹੜੇ ਸਕੂਲ ਪੜਾਣੇ ਹੋ ਤੁਸੀਂ ਮੈਂ ਐਜ਼ ਅ ਜੂਨੀਅਰ ਕਲਰਕ ਡਿਪਟੀ ਫੀਮੇਲ ਆਫਿਸਰ ਆਵਾ ਅਮਰ ਅਬੀਬ ਸਾਹਿਬ ਜੀ ਕ੍ਰਿਕਟ ਮੈਚਾਂ 'ਚ ਔਰ ਹੋਰ ਅੱਗੇ ਪਿੱਛੇ ਜਿਹੜਾ ਵਾ ਕੰਪੇਅਰਿੰਗ ਸ਼ੇਅਰਿੰਗ ਕਰਨੇ ਰਹਿਣੇ ਤੇ ਮੈਂ ਉਰਦੂ ਜੀ ਨਾਲ ਸੁਣਿਆ ਤੇ ਪਠਵਾਰੀ 'ਚ ਵੀ ਸਰ ਜੀ ਕਰਨੇ ਹੋ ਕੰਪੇਅਰਿੰਗ ਹੋਣੀ ਜੀ ਜਨਾਬ ਪਠਵਾਰੀ ਤੇ ਮਾੜੀ ਮਾਂ ਬੋਲੀ ਹੈ ਵਾਹ ਜੀ ਵਾਹ ਕੀ ਬਾਤ ਹੈ ਤੇ ਹੋਈ ਨਹੀਂ ਸਕਣਾ ਕਿ ਪਠਵਾਰੀ 'ਚ ਨਾ ਕਰਾਂ ਕੰਮ ਸਹੀ ਸਹੀ ਠੀਕ ਹੈ ਤੇ ਕਿਹੜਾ ਇਲਾਕਾ ਕਿਹੜਾ ਗ੍ਰਾਮ ਆਪਣਾ ਗ੍ਰਾਮ ਭਾਈਜਾਨ ਸੁਹਾਵਾ ਸੁਹਾਵਾ ਗ੍ਰਾਮ ਸੁਹਾਵਾ ਸ਼ਹਿਰ ਹੈ ਜਨਾਬ ਜਿੱਥੇ ਨੇ ਆਇਆ ਵਾਂ ਸ਼ੁਰੂ ਤੋਂ ਸੇਕ ਸਹੀ ਸਹੀ ਪਿਓ ਦਾਦਾ ਜਿਹੜਾ ਕੁੜਾ ਮਾਰਹਲਾ 1953 54 ਚਾਰ ਇਸਨ ਹਿਜਰਤ ਕਰੀਗਾ ਉੱਥੋਂ ਬਸਾਲੀ ਤੋਂ ਸੁਲਤਾਨ ਤੇ ਸੁਲਤਾਨ ਤੋਂ ਇੱਥੇ ਅੱਜ ਕੱਲ ਪੜਾ ਕਿੱਥੇ ਰਹੇ ਹੋ ਵਿਲੇ ਅੱਛਾ ਹਾਂ ਮੈਂ ਅੱਜ ਕੱਲ ਐਜੂਕੇਸ਼ਨ ਆਫੀਸਰ ਦੇ ਤੌਰ ਤੇ ਨੌਕਰੀ ਕਰਨਾ ਪਿਆ ਤੁਸਾਂ ਨੂੰ ਫੁੱਲੇ ਸੈਦਾ ਮਰਕਜ਼ ਹੈ ਮਾੜੇ ਕੋਲ ਅੱਛਾ 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 ਵਾਹ ਜੀ ਵਾਹ ਕੀ ਬਾਤ ਹੈ ਹਾਂ ਜੀ ਠੀਕ ਠੀਕ ਤੇ ਨਾਲ ਹੈ ਅਮਰਾਲ ਮਰਕਜ਼ ਹੈ ਕੋਈ ਸ਼ੇਰ ਪਠਵਾਰੀ ਨਾਲ ਜਿਹੜਾ ਵੈ ਅਸ਼ਨਾ ਹੋਵੇ ਤੇ ਚੰਗਾ ਜਿਹਾ ਸੁਣਾਓ ਪਠਵਾਰੀ ਨਾਲ ਅਸ਼ਨਾ ਹੋਵੇ ਤੂੰ ਕਹਿ ਮੁਰਾਦ ਹੋਈ ਜੀ ਮੈਂ ਆਪੂ ਪਠਵਾਰੀ 'ਚ ਲਿਖਣਾ ਵਾਂ ਕਿਸੇ ਦੌਰ 'ਚ ਲਿਖਿਆ ਸੀ ਕਿ ਕੱਚੇ ਘੜੇ ਤਾਂ ਤਰਸੀ ਇਸ਼ਕ ਠੀਕ ਖਬਰੇ ਕਹਿ ਕਹਿ ਕਰਸੀ ਇਸ਼ਕ ਵਾਹ ਜੀ ਵਾਹ ਕੀ ਬਾਤ ਹੈ ਕੱਚੇ ਘੜੇ ਤਾਂ ਤਰਸੀ ਇਸ਼ਕ ਖਬਰੇ ਕਹਿ ਕਹਿ ਕਰਸੀ ਇਸ਼ਕ ਇਸ਼ਕ ਨੇ ਹੱਥੋਂ ਤੰਗਾਂ ਮੈਂ ਮਾੜੇ ਹੱਥੋਂ ਮਰਸੀ ਇਸ਼ਕ ਅੱਗੇ ਅਸਾਂ ਨਾਲ ਮੌਜੂਦ ਹਨ ਜੀ ਮਿਰਜ਼ਾ ਨਈਮ ਅਖਤਰ ਸਾਹਿਬ
ਇਹਨਾਂ ਨਾਲ ਗੱਲਬਾਤ ਕਰਨੀ ਆ। ਅਸਲਾਮ ਵਾਲੇਕੁਮ ਸਰ ਜੀ। ਜੀ ਵੈਲਕਮ। ਤੇ ਮਾਸਟਰ ਅੱਜ ਹੀ ਆਏ ਨੇ ਜਾਂ ਐਵੇਂ ਵੀ ਪ੍ਰੋਗਰਾਮ ਸ਼ਾਮ ਇੱਥੇ ਚੱਲਣੇ ਰਹਿਣੇ ਨੇ, ਖਾਣਾ ਪਕਾਉਣਾ ਨੇ ਕੋਈ? ਅਕਸਰ ਅਸੀਂ ਇੱਥੇ ਹੀ ਆਉਂਦੇ ਹਾਂ ਜੀ। ਸਹੀ ਹੈ ਜੀ। ਤੇ ਕੋਸ਼ਿਸ਼ ਇਹੀ ਹੋਣੀ ਹੈ ਕਿ ਕਿਉਂਕਿ ਇੱਥੇ ਸਭ ਤੋਂ ਬੜੀ ਸਹੂਲਤ ਹੈ ਜੀ, ਇੱਥੇ ਬਹਿਣ ਦੀ ਜਗ੍ਹਾ ਹੈ ਵੈ, ਸਹੀ ਹੈ, ਵਾਸ਼ਰੂਮ ਬਣੇ ਨੇ, ਠੀਕ ਹੈ ਜੀ, ਬਰਤਨ ਮਿਲ ਜਾਣੇ ਨੇ, ਹਰ ਚੀਜ਼ ਇੱਥੇ ਮੌਜੂਦ ਹੈ। ਜਦਕਿ ਇਸ ਦੇ ਮੁਕਾਬਲੇ 'ਚ ਕੁਝ ਹੋਰ ਜਗ੍ਹਾ ਐਸੀਆਂ ਜਿਸ ਨਾਲ ਲਖਤਲੇ ਹੈ, ਉੱਥੇ ਨਾ ਕੋਈ ਬਹਿਣ ਦੀ ਜਗ੍ਹਾ ਹੈ, ਨਾ ਕੋਈ ਸਾਫ਼ ਪਾਣੀ ਮਿਲਣਾ, ਨਾ ਕੋਈ ਵਾਸ਼ਰੂਮ ਹਨ, ਬਿਲਕੁਲ ਉਹਨਾਂ ਮਤਲਬ ਸਹੂਲਤਾਂ ਦੇ ਲਿਹਾਜ਼ ਨਾਲ ਇਹ ਜਗ੍ਹਾ ਜਿਹੜੀ ਹੈ ਨਾ ਜੀ, ਇਹ ਬਾਕੀ ਸਾਰਿਆਂ ਨਾਲੋਂ ਬਿਹਤਰ ਹੈ। ਤੁਸੀਂ ਲੱਕੜੀਆਂ ਔਰ ਲੈ ਆਪ ਬਾਈਜਾਨ, ਇਹ ਟਮਾਟਰ ਸ਼ਮਾਟਰ ਕੱਟੇ ਮੁਰਗੀ, ਇਹ ਦੋਏ ਪੈਸਨ ਜੀ ਉਸਤਾਦ ਜੀ, ਇਸ ਨੇ ਵਿੱਚ ਟਮਾਟਰ ਦੀਆਂ ਪਲੇਟਾਂ। ਹਾਂ ਨਾ ਜੀ ਭਾਈ, ਰੱਖਣੇ ਆ ਗ੍ਰੇਵੀ ਥੋੜ੍ਹੀ ਜ਼ਿਆਦਾ ਰੱਖਿਓ ਤਾਂ ਅਸਾਂ ਹੈ ਜੀ, ਗ੍ਰੇਵੀ ਆਉਣੇ ਜੀ ਥੋੜ੍ਹੀ ਜ਼ਿਆਦਾ ਰੱਖੋ ਤਾਂ ਇਧਰ ਹੈ, ਚੈੱਕ ਕਰੋ ਨਾ ਅੱਗ ਪੜ ਮੱਚੇ ਭਾਈ ਹੋਰਾਂ ਕੱਢ ਛੋੜਿਆ ਜੀ ਇਸਨੇ, ਚੈੱਕ ਕਰੋ ਜੀ ਇੱਥੋਂ ਡੰਗਰਾਂ ਨਾਲ ਵਿਊ ਜਿਹੜਾ ਨਾ ਪਿੱਛੇ ਚਰਨੇ ਨੇ ਪਏ ਇੱਧਰ, ਬੱਕਰੀ ਇੱਧਰ ਜਿਹੜਾ ਜੀ ਬਾੜਾ ਹੀ ਹੈ, ਇਹ ਪੂਰਾ ਜਿਹੜੀ ਆ ਗਿਆ ਇੱਧਰ ਜੀ, ਇਹ ਪਾਣੀ ਪੀਣਾ ਜਾਣੀ ਹੈ, ਦਰਿਆਈ ਹੋਈ ਇੱਧਰ ਜਿਹੜਾ ਜੀ ਹੈ ਤਿਆਰ ਤਕਰੀਬਨ ਹੋਣਾ ਪਿਆ, ਇਹ ਚੈੱਕ ਕਰੋ ਨਾ ਅੱਗ ਠੀਕ ਹੈ ਜੀ, ਅੱਗ ਭਾਈ ਜੀ ਹੁਣ ਫਿੱਟ ਹੈ, ਲੱਕੜੀਆਂ ਵੀ ਹੋਰ ਵੀ ਅਛਣੀਆਂ ਵੀ ਆ, ਅਤੇ ਗੋਸ਼ਤ ਕਿੰਨਾ ਕੁ ਟਾਈਮ ਲੱਗ ਸੀ ਹੋਰ? ਹੈ ਹਜੇ ਵੀ 25 ਮਿੰਟ ਤੋਂ ਜ਼ਿਆਦਾ, ਵੀ 25 ਮਿੰਟ ਤੋਂ ਜ਼ਿਆਦਾ ਆਉਣਾ ਜੀ, ਹੈ ਦਮ ਆ ਫਿਰ ਦਮ ਲਾਸਾਂ ਸੋਣਾ ਜੀ, ਫਿਰ ਉਸਕੀ ਦਮ ਪੋਖਤ ਹੈ, ਦਮ ਪੋਖ ਤਾਂ ਬਣ ਸੀ। ਅਸਾਂ ਇੱਥੋਂ ਹੀ ਬੈਠੇ ਹਾਂ ਜੀ, ਤੇ ਜਣੇ ਆ ਲਗੇ ਨੇ, ਹੈ ਤਾਂ ਮਹਿਮਾਨ ਸਾੜੇ, ਲੇਕਿਨ ਕੁਕਿੰਗ ਨੇ ਮਾਸਟਰ ਨੇ ਅੱਗ ਲਾਉਣਾ ਨੇ ਵੀ ਮਾਸਟਰ ਨੂੰ, ਬਹੁ ਡਾਢੀ ਜਿਹੜਾ ਨਾ ਕੁਕਿੰਗ ਕਰਨੇ, ਗੋਸ਼ ਜਿਹੜਾ ਜੀ ਹੈ ਪਾਰ ਕੱਢ ਕੇ ਦਾ, ਤੇ ਹੁਣ ਜਿਹੜਾ ਵੈ ਹੈ ਪਾਇਆ ਵੈ ਟਮਾਟਰ ਸ਼ਾਟਰ ਅਤੇ ਮਸਾਲਾ ਸ਼ਾਲਾ ਇੱਧਰ ਹੈ, ਚੈੱਕ ਕਰੋ ਨਾ ਇਹ ਸਾਰਾ ਇਹਨਾਂ ਡੋਂਗਿਆਂ ਛੋਂਗਿਆਂ 'ਚ, ਔਰ ਬਹੁਤ ਹੀ ਬਿਹਤਰੀਨ ਜਿਹਾ ਜਿਹੜਾ ਨਾ ਟੇਸਟ ਬਣ ਸੀ ਜੀ। ਇਹ ਨਿੱਕੇ ਜਾਗਤ ਹੈ, ਚੈੱਕ ਕਰੋ ਜੀ ਇਹ ਚਾਹੇ, ਅੱਜ ਕੱਲ੍ਹ ਇਹ ਜਿਹੜੀ ਹੈ ਨਾ ਬਹੁਤ ਵਾਇਰਲ ਹੋਈ ਹੈ, ਇਹ ਖਿਡਾਉਣਾ ਜਿਹਾ ਜਿਹੜਾ ਨਾ ਇਹ ਚੈੱਕ ਕਰੋ ਜੀ, ਜਣੇ ਲੱਗੇ ਨੇ ਇੱਧਰ ਪਕਾਉਣੇ, ਤਾਂ ਅਸਾਂ ਮੈਂ ਤਾਂ ਅਰਸਲਾਨ ਬਾਈ ਜਿਹੜਾ ਵਾ ਜਾ ਰਹੇ ਹਾਂ ਇੱਧਰ ਕੋਈ ਰੋਟੀ ਔਰ ਪਾਣੀ ਜਿਹੜਾ ਨਾ ਕਿੰਨਾ ਨਹੀਂ ਹੈ, ਅਸਾਂ ਹੁਣ ਹੋਟਲਾਂ 'ਤੇ ਪਹੁੰਚ ਗਏ ਹਾਂ, 15 ਰੋਟੀਆਂ ਸਾੜੀਆਂ ਹੀ ਲੱਗਣੀਆਂ ਪਈਆਂ ਭਾਈ ਜੀ, ਅਸਾਂ ਨਹੀਂ ਲੱਗਣੀਆਂ ਪਈਆਂ ਜੀ, ਤਰੇ ਲਾਈਆਂ ਨੇ ਹਾਲੇ ਤਾਂ 15 ਲਾਉਣੀਆਂ, ਫੇਸਬੁੱਕ ਤੇ ਤੱਕਣੇ ਪਏ, ਯੂਟਿਊਬ ਤੇ ਫੇਸਬੁੱਕ ਤੇ ਤੱਕਣੇ ਪਏ ਜੀ, ਚੈੱਕ ਕਰੋ ਜੀ ਕੁਥਾ ਕੁਥਾ ਦੁਨੀਆ ਤੱਕਣੀ ਹੈ, ਕੋਟ ਕੋਟ ਤਮੇ ਅੱਗੇ ਜੀ, ਕੀ ਆਦੀਆਂ ਵੀਡੀਓ ਹੋਣੀਆਂ ਭਾਈ ਜੀ, ਅੱਛਾ ਆਉਣੇ ਜੀ ਜ਼ਬਰਦਸਤ ਵੀਡੀਓ ਹੋਣੀਆਂ, ਰੋਟੀਆਂ ਤਕਰੀਬਨ ਜਿਹੜਾ ਜੀ ਲੱਗ ਗਈਆਂ ਨਸਾਨੀਆਂ, ਤੇ ਹੁਣ ਕਿੰਨੇ ਆ ਤੇ ਨਿਕਲਨੇ ਆ, ਅਸਾਂ ਸਰਕਾਰ ਰੋਟੀਆਂ ਛੋਟੀਆਂ ਕਿੰਨੀਆਂ ਆ, ਲੇਕਿਨ ਹੁਣ ਬਿਲਾਲ ਬਾਈ ਤੁਸੀਂ ਇਹ ਦੱਸੋ ਮਿਕੀ ਕਿ ਖਾਣਾ ਤਿਆਰ ਹੋ ਸੀ ਜਾਂ ਨਾ ਹੋ ਸੀ ਹਾਲੇ ਤੱਕ? ਹਾਂ ਤਕਰੀਬਨ ਹੋ ਹੀ ਗਿਆ ਹੋ ਸੀ ਹੁਣ, ਕਿਉਂਕਿ ਕਾਫੀ ਟਾਈਮ ਹੋ ਗਿਆ ਅਸਾਂ ਵੀ ਅੱਗੇ ਗਏ ਹਾਂ, ਕੋਰ ਤਾਂ ਮੈਂ ਅੱਗ ਵੀ ਗਏ ਹਾਂ ਜਿਹਦੇ ਵੀ ਉਸ ਰੋਟੀਆਂ ਅਸਾਂ ਕਿੰਨਾ ਆ, ਤੇ ਹੁਣ ਪਤਾ ਨਹੀਂ ਅੱਗੇ ਜਿਹੜਾ ਵੈ ਕਿਆ ਸੂਰਤ ਹਾਲ ਹੈ, ਕਿੱਥੇ ਪਹੁੰਚਿਆ, ਤਰਕਾਰੀ ਵਾਲਾ ਸਿਸਟਮ ਕਿਉਂ ਜੀ ਭਾਈ ਜੀ ਕਿੱਥੇ ਪਹੁੰਚੇ ਹੋ, ਇਹ ਚੈੱਕ ਕਰੋ ਜੀ ਇਹ ਜਿਹੜਾ ਕਿੰਨਾ ਕੁ ਟਾਈਮ ਲੱਗ ਸੀ ਹੋਰ? 10-15 ਮਿੰਟ ਆਉਣੇ ਜੀ ਹੋਰ ਲੱਗ ਸਨ, ਇੱਧਰ ਹੈ ਬਰਫ਼ ਜਿਹੜਾ ਜੀ, ਰੋਟੀਆਂ ਪਲੇਟ ਛੋੜੀਆਂ ਲਾ ਲੈ 10 ਮਿੰਟ ਟਾਈਮ ਹੈ, ਭਾਈ ਹੋਰਾਂ ਨੇ ਚੈੱਕ ਕਰੋ ਪਤਾ ਨੀ ਬਹੁ ਚਸੇ ਨਾ ਬਣਿਆ, ਹੁਣ ਗ੍ਰਾਹ ਇੱਕ ਦੋ ਮਾਰਨੇ ਆ ਅਸਾਂ, ਸ਼ੁਰੂਆਤ ਬੜਾ ਸੋਹਣਾ ਜਿਹਾ ਲੱਗਣਾ, ਦਹੀਂ ਵਿੱਚ ਸਟਿਆ ਨੇ ਨਾ, ਮਜ਼ਾ ਆਇਆ ਕਿ ਨਹੀਂ ਆਇਆ?
ਜੀ ਦੇ ਵੀ ਉਸ ਜਣਿਆ ਹੋਇਆ ਜਿਹੜਾ ਜੀ ਦੇ ਛੁੜਿਆ ਦਮ ਅਤੇ ਲੱਕੜਾਂ ਜਿਹੜੀਆਂ ਕੱਢ ਕੇ ਦੀਆਂ ਨੇ, ਬਸ ਹੁਣ ਇਹ ਆਖਰੀ ਮਰਾਇਲ ਲਿਖੀ ਹੈ ਅਤੇ ਇਸ ਤੋਂ ਬਾਅਦ ਫਿਰ ਖਾਣਾ ਨਾ ਸੰਗ ਦੱਸਣੇ ਆ। ਸਾਲਣ ਤਕਰੀਬਨ ਤਿਆਰ ਹੋ ਗਿਆ ਜੀ ਅਤੇ ਟਾਈਮ ਹੋ ਗਿਆ ਵੈ ਤਕਰੀਬਨ 4:30 ਨਾਲ ਭੁੱਖ ਜਿਹੜਾ ਇਸ ਟਾਈਮ ਕਾਫੀ ਸਾਰੀ ਚਮਕੀ ਹੈ ਜਿਣਿਆ ਲਾਂ ਦਾ ਅਤੇ ਹੁਣ ਬਾਹਣੇ ਆ ਅਤੇ ਖਾਣੇ ਚੈੱਕ ਕਰੋ ਜੀ ਇੱਧਰ ਜਿਹੜਾ ਨਾ ਵੈ ਪੱਕੀ ਗਿਆ ਵੈ ਅਤੇ ਹੁਣ ਜਿਹੜਾ ਪਲੇਟਾਂ ਸ਼ੇਟਾਂ ਪੇ ਰੱਖਣੇ ਅਤੇ ਬਾਹਣੇ ਆ ਅਤੇ ਦਵਾ ਕੇ ਅਤੇ ਫਿਰ ਜਿਹੜਾ ਨਾ ਖਾਣੇ ਆ ਅਤੇ ਟੇਸਟ ਕਰਕੇ ਤੁਸੀਂ ਦੱਸਣੇ ਆ। ਸਾਲਣ ਜਿਹੜਾ ਜੀ ਹੈ ਬਹੁਤ ਛੁੜਿਆ ਨੇ ਅਤੇ ਹੁਣ ਜਿਹੜਾ ਵੈ ਟੇਸਟ ਕਰਨੇ ਆ ਅਤੇ ਫਿਰ ਜਿਹੜਾ ਵੈ ਇਜਾਜ਼ਤ ਚਾਹੁੰਦੇ ਜੀ ਦੇ ਵੀ ਉਸ ਇਹ ਜਿਹੜਾ ਸਾਲਣ ਅਸਾਂ ਬਾਹ ਕਿਦਾ ਜੀ ਅਤੇ ਹੁਣ ਜਿਹੜਾ ਵੈ ਸ਼ੁਰੂ ਕਰਨੇ ਆ। ਪਹਿਲਾਂ ਟੇਸਟ ਕੀਤਾ ਸੀ ਬਹੁਤ ਹੀ ਕਲਾਸ ਨਾਲ ਬਣਾਇਆ ਕੁੱਕ ਮਾਸ਼ਾਅੱਲਾ ਜਿਹੜਾ ਨਾ ਸ਼ੈਫ ਨੂੰ ਪੂਰੇ ਜਿਹੜਾ ਜਿਹੜੇ ਸ਼ੈਫ ਆ ਇਹ ਸ਼ੈਫ ਜੀ ਆਣੇ ਮੈਂ ਸ਼ੈਫ ਹਾਂ ਅਤੇ ਹੁਣ ਜਿਹੜਾ ਵੈ ਖਾਣੇ ਆ ਬਿਸਮਿਲ੍ਲਾ ਕਰਨੇ ਆ ਅਤੇ ਫਿਰ ਜਿਹੜਾ ਵੈ ਇਜਾਜ਼ਤ ਚਾਹੁੰਦੇ ਆ। ਨਮਾਇਸ਼ਾਂ ਵੀ ਆਉਣੀਆਂ ਨਾ ਅਤੇ ਪੋਸਟਾਂ ਦਿਓ ਲੈਣਾ ਪਿਆ ਆਸਤਾ ਆਸਤਾ 5:30 ਦਾ ਟਾਈਮ ਹੋ ਗਿਆ ਭੁੱਖ ਇਸ ਟਾਈਮ ਫੁੱਲ ਚਮਕੀ ਹੈ ਅਤੇ ਬਿਸਮਿਲ੍ਲਾ ਕਰੀਏ ਜੀ ਕਿਨੋਂ ਨਾ ਬਿਸਮਿਲ੍ਲਾ ਕਰੋ ਭਾਈ। ਔਰ ਪਹਿਲਾਂ ਲੰਮੇ ਪੈ ਰਹੇ ਨੇ ਉੱਧਰ ਜਾ ਕੇ ਆਉਣੇ ਇੰਨਾ ਖਾਣਾ ਹੁਣ ਫਿਰ ਲੱਗ ਪਏ ਭਾਈ ਔਰ ਬੋਤਲ ਮੰਗਣੇ ਬੋਤਲ ਮੰਗਣੇ ਕਾਬੂ ਬੋਤਲ ਹੋਰ ਕੋਈ ਨਹੀਂ ਬੋਤਲ ਕੋਈ ਨਹੀਂ ਜੀ ਅੱਛਾ ਉਹਨਾਂ ਚਾਹੀਦੀ ਹੋਈ ਮਿਲ ਜਾ ਸੀ ਬਸ 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 ਇਹ ਮਾੜੇ ਕੋਲ ਲੈ ਆ ਜਿਹਦੇ ਵੀ ਉਸ ਲੰਗਰ ਪਾਣੀ ਹੋ ਗਿਆ ਔਰ ਟਾਈਮ ਜਿਹੜਾ ਵਾ ਹੁਣ ਦਿਓ ਲੈਣਾ ਪਿਆ ਆਸਤਾ ਆਸਤਾ ਅਤੇ ਉਮੀਦ ਕਰਦਾ ਹਾਂ ਕਿ ਅੱਜ ਨਾ ਇਹ ਵਲੌਗ ਪਸੰਦ ਆਇਆ ਅਸੀਂ ਵੀਡੀਓ ਅਗਰ ਪਸੰਦ ਆਈ ਹੋਵੇ ਤਾਂ ਵੀਡੀਓ ਕੀ ਲਾਈਕ ਜ਼ਰੂਰ ਕਰਨਾ ਔਰ ਚੈਨਲ ਲਈ ਸਬਸਕ੍ਰਾਈਬ ਜ਼ਰੂਰ ਕਰਨਾ ਹੈ। ਅਗਲੀ ਵੀਡੀਓ ਤੱਕ ਅੱਲਾ ਹਾਫਿਜ਼।